संगरूर दे विच एक औरत पानी वाली टैंकी ते चढ़ गई ते उसका इल्जाम है कि पुलिस जिहड़ी है उसकी शिकायत ते कार्रवाई नहीं कर रही। दरअसल संगरूर दा पिंड रंगिया है जिथे ये औरत पानी की टैंकी ते चढ़ गई है ते इसके इल्जाम ने कि ट्रैवल एजेंट ने इन्हां तों 25 लाख रुपया लिया सी ते इन्हां दे बेटे नूं विदेश नहीं भेजा जबकि खुद विदेश भज गया ते पुलिस नूं शिकायत दित्ती है ते पुलिस हाले कार्रवाई नहीं कर रही। अपनी मंग नूं लैके ये औरत पानी वाली टैंकी ते चढ़ गई है। संगरूर दे पिंड रंगिया दे विच एक औरत पानी वाली टैंकी ते चढ़ी है ते इल्जाम उसदे ये ने कि ट्रैवल एजेंट ने विदेश भेजन दे नां ते उस नाल ठगी मारी है। उस औरत का कहना है कि उसने अपने पुत्र नूं विदेश भेजन लई ट्रैवल एजेंट नूं 25 लाख रुपया दिता सी पर उसने उसके पुत्र नूं विदेश नहीं भेजा जबकि खुद विदेश भज गया। औरत का यह भी कहना है कि ट्रैवल एजेंट के नाल 48 लाख के विच सौदा होया सी उसके पुत्र नूं विदेश भेजन दा अते 25 लाख उसने एडवांस लै लए पर विदेश नहीं भेजा ते हुण उसने बरनाला पुलिस नूं शिकायत दित्ती है पर कार्रवाई नहीं हो रही जिस करके अक के वह टैंकी ते चढ़ गई है। की मसला तुसी टैंकी ते चढ़े हो कदों चढ़े हो? कल सुबह दे 6 बजे चढ़े हो। की कारण? एजेंट पैसे लेके आ गया। की नाम? की नाम है उहदा? मनदीप सिंह। ਕਿੱਥੋਂ ਦਾ ਰਹਿਣ ਵਾਲਾ? ਰੰਗੀਆਂ ਪਿੰਡ ਰੰਗੀਆਂ। ਕਿੰਨੇ ਪੈਸੇ ਲੈ ਗਏ ਤੁਹਾਡੇ ਤੋਂ? 25 ਲੱਖ ਆ ਜੀ। ਕਿਸ ਦੇਸ਼ ਭੇਜਣਾ ਸੀ ਬੇਟਾ? ਅਮਰੀਕਾ ਦਾ। ਕੀ ਕੀਤਾ ਫਿਰ ਉਹਨੇ? ਬਸ ਇਹ ਪੈਸੇ ਲੈ ਕੇ ਉਹਨੇ ਰਾਹ 'ਚ 3 ਮਹੀਨੇ ਮੁੰਡਾ ਰੋਲ ਕੇ ਰਾਹ 'ਚ ਮੋੜਤਾ ਬੇਦਮਾਨ ਅਤੇ ਮੁੰਡਾ ਘਰ ਭੁੱਖਾ ਧਿਆਇਆ ਆ ਗਿਆ। ਕੀ ਮੰਗ ਕਰਦੇ ਹੋ ਹੁਣ? ਮੰਗ ਆਹੀ ਆ ਜੀ ਸਾਨੂੰ ਬਸ ਪੈਸੇ ਮਿਲ ਜਾਣ ਸਾਡੇ ਅਤੇ ਬਾਕੀ ਤੁਹਾਨੂੰ ਪਤਾ ਹੀ ਆ ਮੈਂ ਤਾਂ ਆਪਦੀ ਇਸ ਤੋਂ ਬਾਅਦ ਮੇਰੀ ਮੌਤ ਆ ਗਈ। ਚਲੋ ਜੀ ਜੀ ਤਾਂ ਅਸੀਂ ਕਹਾਂਗੇ ਕਿ ਆਪ ਕਦਮ ਅਤੇ ਕੀ ਕਹਿਣਾ ਚਾਹੋਗੇ ਸਰਕਾਰ ਨੂੰ? ਸਰਕਾਰ ਨੂੰ ਕੀ ਕਹੀਏ, ਸਰਕਾਰ ਨੂੰ ਤਾਂ ਬਸ ਇਹ ਹੈ ਸਾਡੇ ਪੈਸੇ ਦਵਾ ਦੇਣ। ਸੁਣਵਾਈ ਨਹੀਂ ਹੋਈ ਸਾਡੀ, ਭੋਰਾ ਵੀ ਕੇਸ ਲਾਇਆ ਸੀ ਉਹਦੀ ਸੁਣਵਾਈ ਨਹੀਂ ਹੋਈ ਸਾਡੀ। ਅਤੇ ਕੁਝ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਤੁਸੀਂ ਸਰਕਾਰੀ ਦਰਬਾਰੇ ਜਿਹੜੀ ਚਾਰਾਜੋਈ ਕੀਤੀ ਹੈ ਕੋਈ ਪੰਨੂ ਨਾਮ ਦੇ ਵਿਅਕਤੀ ਨਾਲ? ਹਾਂਜੀ, ਉਹਦੇ ਕੋਲ ਵੀ 3 ਵਾਰ ਜਾਇਆ ਹੈ। ਕੀ ਉਹਨਾਂ ਵੱਲੋਂ ਕੋਈ ਮਿਲਿਆ ਰਿਸਪੋਂਸ? ਉੱਥੋਂ ਅਸੀਂ ਜਾਂਦੇ ਹੁੰਦੇ ਸੀ ਪੰਨੂ ਦਾ ਫੋਨ ਕਰਾਉਣ, ਜਿਹੜਾ ਆਪਣੇ ਇੱਥੇ ਸਤਰ ਥਾਣੇ 'ਚ DSPD ਆ ਜੀ, ਉਹਨੂੰ ਫੋਨ ਕਰਾਇਆ 3 ਵਾਰੀ ਜੀ, ਅਤੇ ਉਹਨੇ ਵੀ ਕੋਈ ਸਾਡਾ ਸੁਣਵਾਈ ਨਹੀਂ ਕਰੀ ਹੈਗੀ। ਫਿਰ ਅਸੀਂ ਘਰ ਆਉਂਦੇ ਹਾਂ, ਘਰ ਸਾਡੇ 'ਤੇ ਪੁਲਿਸ ਸੱਦ ਲੈਂਦੇ ਨੇ ਉਲਟੀ, ਉਹ ਬੁਰਾ ਭਲਾ ਬੋਲਦੇ ਨੇ। ਉਹ ਪੁਲਿਸ ਕੌਣ ਬੁਲਾਉਂਦਾ? ਉਹ ਭਗਵੰਤ ਮਾਨ, ਭਗਵੰਤ ਸਿੰਘ ਜੀ, ਮੁੰਡੇ ਦਾ ਚਾਚਾ। ਮੁੰਡੇ ਦਾ ਚਾਚਾ? ਹਾਂ ਜੀ, ਭਗਵੰਤ ਨਾਲ ਪੱਪਾ। ਹਾਂ ਪੱਪਾ। ਕੀ ਮੰਗ ਕਰਦੇ ਹੋ ਹੁਣ ਤੁਸੀਂ? ਮੰਗ ਆਹੀ ਹੈ ਵੀ ਸਾਡੇ ਪੈਸੇ ਮਿਲ ਜਾਣ। ਮੇਰੇ ਬੱਚੇ ਦੀ ਜ਼ਿੰਦਗੀ ਉਹੀ ਰੋਜ਼ੀ ਰੋਟੀ ਸੀ ਜਿਹੜੀ ਅਸੀਂ ਵੇਚ ਕੇ 12 ਕਨਾਲਾਂ ਪੈਲੀ ਦੇ ਦਿੱਤੇ ਸੀ। ਬਸ ਸਾਡੇ ਪੈਸੇ ਮਿਲ ਜਾਣਗੇ, ਨਾ ਪੈਸੇ ਮਿਲਣਗੇ ਤਾਂ ਬਸ ਮੈਂ ਇਸ ਤੋਂ ਬਾਅਦ ਆਪਣੀ ਮੌਤ ਕਰ।